चोटी ने खिलाड़ी है समा जरूर लग गया है पर समय के नाल मेरे सारे हल हो जाने मेरे लिए शेर कर दो मैच भाजी दब के नाग दे एक पासे चिल्ली भाजी रोजपुरी सुखा बघेला सुखी कमाम आया भाजी लंडी चीप का भाजी शेर कर दो दब के सुखी कमामा वाले नाम बड़े मल्ला विच आंदे ते बघेले वाली सुखी कहिंदे पुज्जे होए बाकी बड़े मल आ गए ने मैच दी शुरुआत कहिंदे जल्दी आपां करांगे इक तकड़े मैच दी शुरुआत जिहड़ी हुण लगी है हैना बड़े मल पुज्जे ने ते मैच आपां जल्दी नाल शुरू कर दईए। ग्राउंड क्लीयर कर दिए मेरी बेनती है मैच आप शुरू करवा रही है बड़ा मैच सवेरे दी टीम चोटी ने खिलाड़ी मिल गए पहले हो गया जी एक बार आ मैच दे विच पटाके जड़े पूरे पैण गए ते पैण गए पाला जो देखो सारा जग लई मार मार छक्के भारे कहंदे ने लग लई कौर चन्ने पानी विच पता सारे नजर लग गई कौर चन्ने पानी विच शेयर कर दो भाजी मैच सब के यार बॉलिंग बहुत ज्यादा भाजी सुखी कमाम दी वेट बहुत ज्यादा हो गई मौसम खराब है थोड़ा यार नाउ सामने फुल प्रिय चन्नी पहली बार पाली तैयार है सामने कहंदे रशन टैंकर भाजी तुन्ना है नहीं है जे ध्यान दे मेरे उठिया जी भाजी मैच ते सत्ते वाले दे नाल मसीता वाला उस्ताद जी गल कर रहे हैं अंदर फील्डर नहीं नहीं हुई आउट हो गया भाजी गोल्ड बचिया पहली बार ਪਾਸੇ ਰੱਖਿਆ ਨੇ ਐਨਆਰਆਈ ਭਰਾਵਾਂ ਦਾ ਸਮੂਹ ਨਗਰ ਦਾ ਸਾਰੇ ਭਰਾਵਾਂ ਧੰਨਵਾਦ ਹੈ
ਮੇਰੀ ਮਣੀ ਵੀ ਬਾਤ ਤੇ ਕਰੇਗਾ ਸਾਹਮਣੇ ਕਹਿੰਦੇ ਦੀਪੂ ਮੇਰੇ ਡਰੋਂ ਦੀ ਧਰਤੀ ਦਾ ਔਰ ਫਿਰੋਜ਼ਪੁਰ ਇਹ ਚੱਲੀ ਨੇ ਅੱਜ ਕਹਿੰਦੇ ਸਾਰੇ ਦਾ ਬੰਦ ਕਰ ਦਿੱਤੇ ਆ ਹੁਣ ਕਹਿੰਦੇ ਫੱਲੇ ਵਾਲੇ ਕਰਵਾ ਰਿਹਾ ਫੇਰ ਦੇਵੜਾ ਵਿੱਚ ਰਾਣੀ ਟੈਗਰੋ ਵਾਲਿਆ ਗਵਾਂਡ ਪਿੰਡ ਤੇ ਚਰਚਾ ਜ਼ਰੂਰ ਹੋਣੀ ਹੈ ਜੇ ਕੁਝ ਨਾ ਕੀਤਾ ਲੋਕਾਂ ਨੇ ਕਹਿਣਾ ਉਹ ਘਰੇ ਆ ਕੇ ਹਰਾ ਗਏ ਹੈ ਤੇ ਕੁਝ ਨਾ ਕੁਝ ਤੇ ਕਰਨਾ ਪੈਣਾ ਪਰ ਦੀਪੂ ਵੀ ਕਹਿੰਦੇ ਬੱਲੇ ਬੱਲੇ ਕਰਾਉਂਦਾ ਵੱਡੇ ਖੇਡ ਮੇਲਿਆਂ ਦੇ ਮੇਰੇ ਵੀਰੇ ਥੋੜਾ ਜਿਹਾ ਫਿੱਟ ਜ਼ਰੂਰ ਹੋਇਆ ਚਿੱਲੀ ਛੱਕਾ ਖਾ ਬੈਠਾ ਨਵੀਂ ਸੱਤਿਆਰੀਆ ਸਾਹਮਣੇ ਡਾਗਰੋ ਵਾਲਾ ਫਿਰ ਤਿਆਰ ਹੈ ਨੌਜਵਾਨਾਂ ਹਾਂ ਸਾਹਮਣੇ ਕਹਿੰਦੇ ਡਾਗਰੋ ਵਾਲਾ ਦੀਪੇ ਨੇ ਐਨਾ ਕਹਿੰਦਾ ਲਾਸ਼ ਛੱਕਾ ਬੱਲੇ ਬੱਲੇ ਕਰਵਾਤੀ ਹੈ ਉਹ ਬਾਲ ਪਾਉਂਦੀ ਫਿਰੋਜ਼ਪੁਰੀਆ ਉਹ ਫਿਰੋਜ਼ਪੁਰੀਆ ਤੇ ਮੋਗੇ ਵਾਲਾ ਹੈ ਉਹ ਸਾਹਮਣੇ ਕਹਿੰਦੇ ਮੋਗੇ ਵਾਲਾ ਟੱਕਰ ਕਹਿੰਦੇ ਸਿਰੇ ਦੀ ਹੈ ਇੱਕ ਪਾਸੇ ਮਿਸ਼ਰੀ ਵਾਲੇ ਧਰਦੀ ਟੀਮ ਹੈ ਤੇ ਦੂਸਰੀ ਸਾਈਡ ਇਸ ਇਲਾਕੇ ਦੀ ਟੀਮ ਹੈ ਡਬਰੂਗੜ ਦੀ ਵੱਡਾ ਨਾਮ ਹੈ ਕਹਿੰਦੇ ਡਬਰੂ ਦਾ ਚੇਅਰ ਕਰ ਦੋ ਭਾਈ ਮੈਚ ਬਹੁਤ ਤਗੜਾ ਸੁੱਖੀ ਬਾਈ ਪਹਿਲੀ ਬਾਲ ਤੇ ਆਊਟ ਹੋ ਗਿਆ ਬਾਈ ਬਹੁਤ ਤਗੜਾ ਮੈਚ ਆ ਬਾਈ ਸ਼ੇਅਰ ਕਰ ਦੋ ਮਿਸ਼ਰੀ ਵਾਲੇ ਚ ਨਾਗ ਕਪੂਰਥਲਾ ਤੇ ਚਿੱਲੀ ਫਿਰੋਜ਼ਪੁਰ ਆਇਆ ਤੇ ਡਗਰੂ ਚ ਸੁੱਖੀ ਕਮਾਮ ਤੇ ਸੁੱਖਾ ਭਗੇਲੇ ਵਾਲਾ ਸਕੋਰ ਬਾਈ ਓਵਰ ਤੋਂ ਬਾਅਦ ਦੱਸਣਗੇ ਬਹੁਤ ਤਗੜਾ ਮੈਚ ਆ ਬਾਈ ਸ਼ੇਅਰ ਕਰ ਦੋ ਪਰ ਕਹਿੰਦੇ ਇੱਕ ਸਕੋਰ ਤੋਂ ਦੋ ਉਹਨੇ ਆਪਣੇ ਹਿੱਸੇ ਨੇ ਜੋੜ ਦਿੱਤੇ ਆ ਫੇਰ ਦੇ ਗਲਾਂ ਵਿੱਚ ਮਿਲ ਰਿਹਾ ਨਾਲ ਸਾਹਮਣੇ ਅਗਲੀ ਵਾਰ ਪਾਲੀ ਵੱਡਾ ਧਿਆਨ ਸੱਤੇ ਵਾਲੀ ਆ ਦੀਪੂ ਫੇਰ ਸਾਹਮਣੇ
ਫੜਕਾ ਲੜਕਾ ਕਰਦੇ ਜਿਹੜੇ ਪਹਿਲਾਂ ਨੂੰ ਕੀਤਾ ਪਹਿਲੇ ਉਹ ਓਵਰ ਦੇ ਵਿੱਚ ਆਣਾ ਕਹਿੰਦੇ ਧਰ ਧਰ ਦੀਪੋ ਨੇ ਕਰਵਾਈ ਹੈ ਆਹ ਮੈਚ ਬਗੇਲੇ ਨੇ ਲਾ ਡਾਕਟਰ ਬਾਈ ਪੁੱਛ ਕੇ ਦੱਸ ਦਿੰਨੇ ਆ ਭੱਲੇ 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 ਇੱਕ ਰਾਤ ਸਾਰੀ ਜੋਰ ਨਾਲ ਚੰਮੀ ਦੇ ਨਾਂ ਤੇ ਐਨ ਕਮਾਲ ਕਰ ਦਿੱਤੀ ਮੁੰਡੇ ਨੇ ਐਨ ਕਹਿੰਦੇ ਕਮਾਲ ਕਰ ਦਿੱਤੀ ਹੈ ਮੈਨੂੰ ਲੱਗਦਾ ਰੋਗ ਦੀ ਸਮਾਪਤੀ ਡਾਕਟਰ ਦੀ ਹੈ ਵੀ ਹਲੇ ਪਰ ਦੋ ਦੇ ਪੂਰੇ ਹੋ ਗਏ ਆ ਤੇ ਸੰਦਰੀ ਸਕੋਰ ਪੁੱਛਣ ਤੇ ਪ੍ਰਦੀਪ ਨੂੰ ਭਾਈ ਜੀ ਡਾਕਟਰ ਬਠਿੰਡਾ ਰੋਡਿਆਂ ਜਾ ਰੋਡਿਆਂ ਜਾ ਬਈ ਡਾਕਟਰ ਬਠਿੰਡਾ ਨਾਲ ਕੌਣ ਮੱਥਾ ਜੂੜੀ ਮੱਥਾ ਜੂੜੀ ਆ ਬਈ ਨਾਲ ਰੋਡਿਆਂ ਚ ਬਹੁਤ ਤਕੜਾ ਮੈਚ ਆ ਬਈ ਸ਼ੇਅਰ ਕਰ ਦੋ ਆਸ਼ੂ ਕੋਠੇ ਪੁੰਨੇ ਵਾਲਾ ਸ਼ਾਇਦ ਨਹੀਂ ਆਸ਼ੂ ਨੇ ਨਹੀਂ ਆਉਣਾ ਬਈ ਦੋਨੇ ਟੀਮਾਂ ਕਹਿੰਦੇ ਚੋਟੀਆਂ ਨੇ ਕੋਠਾ ਜਿੱਤੂਗੀ ਇਹਦਾ ਕਹਿਣਾ ਸੌਣ ਵਾਲਿਆ ਔਖਾ ਹੈ ਬੱਤਾ ਬਈ ਇਹਦਾ ਕਹਿਣਾ ਔਖਾ ਹੈ ਇਹ ਭਾਜੀ ਆਸ਼ੂ ਨੇ ਨਹੀਂ ਆਉਣਾ ਕੋਠੇ ਪੁੰਨੇ ਵਾਲੇ ਨੇ ਇਹਨਾਂ ਸਾਫੂ ਵਾਲੇ ਪਿੰਡ ਦਾ ਕੀ ਹੋਣਾ ਭਰਾਵਾਂ ਦਾ ਧੰਨਵਾਦ ਹੈ ਸਾਰੇ ਭਰਾਵਾਂ ਦਾ ਜਿੰਨਾ ਸਹਿਯੋਗ ਹੈ ਅੱਜ ਦੇ ਵੱਡੇ ਖੇਡ ਮੇਲੇ ਲਈ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਆਓ ਅਗਲੀ ਬਾਲ ਪਾਉਂਦੇ ਸਾਹਮਣੇ ਕੌਣ ਵੇਖਾਂਗੇ ਮੇਰੀ ਮਸ਼ੀਨਾਂ ਵਾਲੇ ਬਾਈ ਕਰ ਗੱਲ ਨਾਲ ਸਾਹਮਣੇ ਵੇਖ ਰਹੇ ਹੋ ਡਾਰੇ ਪਿੰਡ ਦੇ ਨੀਲੇ ਤੋਂ ਬਾਹਰ ਤੇ ਪੁੱਛੋ ਦੇ ਫਲਕੀ ਦੇ ਬਾਅਦ ਗਰੀਬੀ ਚ ਉੱਠ ਕੇ ਵੱਡਾ ਨਾਮ ਰਾਇਆ ਵੇਖ ਰਹੇ ਹੋ ਤੇ ਆਹ ਖਿਡਾਰੀ ਨੇ ਕਹਿੰਦੇ ਆਪਣਾ ਨਾਮ ਮੇਰਾ ਬਣਾਇਆ ਹੈ ਇਹ ਆ ਕਹਿੰਦੇ ਨਾਗ ਕਪੂਰਥਲੇ ਦੀ ਧਰਤੀ ਦਾ ਗੁੜਿਆ ਦੇ ਕੱਪ ਦਾ ਕਹਿੰਦੇ ਮੋਟਰਸਾਈਕਲ ਅਜੇ ਤੂੰ ਹੈ ਸਭ ਤੋਂ ਗਰੀਬੀ ਬਾਬੇ ਸਿਕਲਾਂ ਨੇ ਦੇਖੀ ਹੈ ਤੇ ਅੱਜ ਕਹਿੰਦੇ ਪੂਰੀ ਚੜ੍ਹਦਾ ਪੂਰੀ ਚੜ੍ਹਾਈ ਹੈ ਨਾ ਕਹਿੰਦੇ ਕਪੂਰਥਲੇ ਦੀ ਧਰਤੀ ਦਾ ਮੁੰਡਾ ਕਹਿੰਦੇ ਦੁਆਬੇ ਚੋਂ ਚੱਲ ਕੇ ਆਇਆ ਤੇ ਚੜ੍ਹਦੀ ਵੇਸਦਾ ਕਹਿੰਦੇ ਵੱਡਾ ਬਾਲਾ ਮੇਰੇ ਵੇਲੇ ਤੇ ਚੜ੍ਹਦੀ ਜਵਾਨੀ ਕੁਛ ਫੁੱਟ ਗੱਭਰੂ ਬਾਬਾ ਬਾਲਾ ਲੈਂਦਾ ਮੇਲਾ ਲੁੱਟ ਗੱਭਰੂ ਲੱਗ ਜਾਵੇ ਵਧੀਆ ਛੱਕਾ ਤੇ ਦੁਨੀਆ ਪੈਂਦੀ ਨੱਚ ਮਿੱਤਰ ਲਾਈਵ ਰੇ ਮਾਝਾ ਮਾਲਵਾ ਤੋਂ ਆਪਾਂ ਗੱਲ ਜਿਹੜੀ ਸੋਹਣੀ ਦੇ ਸੱਚ ਮਿੱਤਰੋ ਪਰਾ ਕਹਿੰਦੇ ਮੱਲੀ ਪਰਿਵਾਰ ਦਾ ਚੜਾ ਗਿਆ ਸੁੱਖਾ ਕਹਿੰਦੇ ਬਹੁਤ ਤਕੜਾ ਮੈਚ ਆ ਬਈ ਸ਼ੇਅਰ ਕਰ ਦਿਓ ਨਾਲ ਸਾਹਮਣੇ ਦੀਪੂ ਹੈ ਬਾਲ ਕਹਿੰਦੇ ਪਾਦਰੀ ਮੁੰਡਾ ਦੇਖਾਂਗੇ ਫੇਰ ਵੱਧਾ ਖੇਡ ਦੇ ਮੈਦਾਨ ਵਿੱਚ ਪਰ ਇੱਕ ਐਕਸਟਰਾ ਸਕੋਰ ਬੜੇ ਜੋੜ ਦਿੱਤਾ ਨਾ ਕਪੂਰ ਖਲੇਵਾ ਨਾਲ ਸਾਹਮਣੇ ਪ੍ਰਭਜੋਤ ਸਿੰਘ ਕੀ ਬਈ ਫੇਰ ਵੱਧਾ ਸੰਤ ਬਾਬਾ ਈਸ਼ਰ ਸਿੰਘ ਰਾਣਾ ਸਾਹਿਬ ਦੇ ਖੇਡ ਗਾਬੜੀ ਨਾ ਖੇਡ ਨੂੰ ਬੜਾ ਦੇ ਰਹੇ ਹੋ ਰਾਣਾ ਸਾਹਿਬ ਦੇ ਖੇਡ ਗਾਬੜਾ ਖਿਡਾਰੀ ਹੈ ਪਰ ਦੂਜੇ ਪਾਸੇ ਵੀ ਮੁੰਡਾ ਕਹਿੰਦੇ ਉਸੇ ਖੇਡ ਗਾਬੜਾ ਜਿਹੜਾ ਕਹਿੰਦੇ ਕਰ ਦੋ ਭਾਜੀ ਸ਼ੇਅਰ ਕਰ ਦੋ ਮੈਚ ਬਹੁਤ ਤਕੜਾ ਬਹੁਤ ਤਕੜਾ ਮੈਚ ਆ ਬਈ ਹਾਂਜੀ ਹਾਂਜੀ ਭਾਜੀ ਗੁਰਪ੍ਰੀਤ ਸਿੰਘ ਸੁਖੀ ਬਾਈ ਪਹਿਲੀ ਬਾਲ ਤੇ ਆਊਟ ਹੋ ਗਿਆ ਸੀਗਾ ਕਹਿੰਦੇ ਹਰਿਦੁਆਰ ਤੋਂ ਪੈਦਲ ਚੱਲ ਕੇ ਫਿਰੋਜ਼ਪੁਰ ਆਇਆ ਅੱਜ ਮੋਟਰਸਾਈਕਲ ਤੇ ਉਹ ਨਾਲ ਲੈ ਕੇ ਆਏ ਆ ਕਿਉਂਕਿ ਕੁਝ ਕਰਨਾ ਤੇ ਕਰਨਾ ਜ਼ਰੂਰ ਪੈਣਾ ਕੁਝ ਕਰਨਾ ਤੇ ਕਰਨਾ ਜ਼ਰੂਰ ਪੈਣਾ ਆ ਸਰਦਾਰ ਕੁਲਵੰਤ ਸਿੰਘ ਦਾ ਬੇਟਾ ਯੋਧਾ ਕਹਿੰਦੇ ਡਗਰੂ ਦੀ ਧਰਤੀ ਦਾ ਕਿ ਯੋਧੇ ਰਣ ਵਿੱਚ ਜੂਝਦੇ ਤੇ ਬਹੁਤੇ ਤਲਵਾਰਾਂ ਉਸ ਡਾਟੇ ਦੀ ਅੱਖੀ ਦੀਆਂ ਜਿੱਤਾਂ ਤੇ ਹਰ ਗੁਰਪ੍ਰੀਤ ਸਿੰਘ ਬਈ ਆਪਾਂ ਤੁਹਾਨੂੰ ਦੱਸਣ ਲਈ ਬੈਠੇ ਆ ਵੀਰੇ ਤੁਹਾਡੇ ਨਾਲ ਹੀ ਆ ਬਈ ਸ਼ੇਅਰ ਕਰ ਦੋ ਬਈ ਮੈਚ ਬਹੁਤ ਤਗੜਾ ਪਟਾਕੇ ਪੈਂਦੇ ਆ ਐਨ ਕਹਿੰਦੇ ਗੱਲਾਂ ਹੋਈਆਂ ਨੇ ਲੌਂਗੋਵਾਲ ਦੇ ਖੇਡ ਕੰਪਨੀਆਂ ਚਾਹੇ ਹੋਣ ਉਹਨਾਂ ਨੇ ਬੱਲੇ ਬੱਲੇ ਕਰਵਾ
ਬਹੁਤ ਤਕੜਾ ਮੈਚ ਆ ਬਾਈ ਸ਼ੇਅਰ ਕਰ ਦਿਓ ਲੱਖ ਰੁਪਈਆ ਜਿੱਤਣ ਵਾਲੀ ਟੀਮ ਮੇਰੇ ਵੀਰੇ ਬਣੀ ਹੈ ਪਹਿਲਾਂ ਚੱਠਿਆਂ ਦੀ ਟੀਮ ਦੇ ਰਹੀ ਹੋਈ ਹੈ ਕਹਿੰਦੇ ਫਾਸਟ ਰਨ ਵਾਲੀ ਟੀਮ ਆਓ ਸਾਹਮਣੇ ਅਗਲੀ ਬਾਲ ਤੇ ਕਰੀ ਗੱਲ ਆਸਮਾਨਾ ਮੁੰਡੇ ਦੀ ਆਓ ਸਾਹਮਣੇ ਦੇਖਾਂਗੇ ਅਗਲੀ ਬਾਲ ਪਹੁੰਚ ਲਈ ਇਸ ਸਮੇਂ ਰਵੀ ਕਹਿੰਦੇ ਮਿਸ਼ਰੀ ਵਾਂਗ ਕਰਦਾ ਨੌਜਵਾਨ ਗੱਭਰੂ ਬਣਿਆ ਹੋਇਆ ਹੈ ਸਾਹਮਣੇ ਦੇਖਾਂਗੇ ਸੁੱਖਾ ਵੀ ਤਿਆਰ ਹੈ ਆਓ ਸੁੱਖਾ ਕਿਸੇ ਗੱਲ ਨਾਲ ਹੀ ਤਿਆਰ ਹੈ ਆਓ ਸੁੱਖੇ ਨੇ ਕਹਿੰਦੇ ਸਰੀਰਾ ਸ਼ਾਟ ਲਾਇਆ ਹੈ ਆਓ ਸਾਹਮਣੇ ਸਕੋਰ ਇੱਕ ਤੋਂ ਦੋ ਉਹ ਇੱਕ ਤੋਂ ਦੋ ਕਹਿੰਦੇ ਜ਼ਖਰੋ ਵਾਲੀ ਲੈ ਗਏ ਨੇ ਮੁੰਡੇ ਆਓ ਮੈਚ ਕਹਿੰਦੇ ਸਰੀਰ ਹੈ ਸੰਧੂ ਰਵਾਲ ਕਹਿੰਦੇ ਧਰਮ ਕੋਟੀਆਂ ਵੀ ਪੁੱਜਿਆ ਹੈ ਤੇ ਸਾਡੀ ਜ਼ਿੰਦਗੀ ਦੇ ਵਾਲ ਘੋੜੀ ਵਾਲੇ ਕਹਿੰਦੇ ਕਾਲਾ ਵੀ ਆਇਆ ਹੋਇਆ ਹੈ ਬਣੀ ਮਸੀਤਾ ਕਹਿੰਦੇ ਵੱਡਾ ਬੁਲਾ ਹੈ ਸਾਡੀ ਕਹਿੰਦੇ ਕਾਸ਼ਕੋ ਗਿਰ ਦਾ ਭਰਾ ਦਾ ਬਹੁਤ ਧੰਨਵਾਦ ਕਰਦੇ ਆ ਡਾਰੀ ਵੀ ਕਹਿੰਦੇ ਚੋਟੀ ਦੇ ਅੱਜ ਪੁੱਜੇ ਨੇ ਲਓ ਸਾਹਮਣੇ ਅਪੀਲ ਜ਼ਰੂਰ ਹੋਈ ਆ ਪਰ ਫੈਸਲੇ ਥੋੜਾ ਨੇ ਸੋਚ ਕੇ ਕਰਨੇ ਆ ਲਓ ਫੈਸਲੇ ਜਿਹੜੇ ਪੜਨੇ ਹੋਣੇ ਆ ਅਗਲੇ ਮੈਚਾਂ ਦੀਆਂ ਟੀਮਾਂ ਵੀ ਤਿਆਰੀ ਕਰ ਰਹੇ ਹਨ ਮੈਨੂੰ ਲੱਗਦਾ ਜੋ ਭਰਥਲੇ ਵਾਲਾ ਗੋੜੂ ਵਿਸ਼ੇਸ਼ ਤੌਰ ਤੇ ਪਜਾਣਾ ਸਲਾਣੇ ਦੇ ਕੱਪ ਦੇ ਕਹਿੰਦੇ ਗੱਡੀ ਦੇ ਕੇ ਵੱਡੇ ਸਨਮਾਨ ਕੀਤੇ ਨੇ ਇਹ ਗੱਲਾਂ ਹੋਈਆਂ ਲਓ ਕਹਿੰਦੇ ਭਰਥਲੇ ਵਾਲੇ ਵੀ ਆ ਪਰ ਫੈਸਲੇ ਜਿਹੜੇ ਨਾ ਲਓ ਸਾਹਮਣੇ ਬਾਲ ਪਾਉਂਦੇ ਰਵੀ ਦੇਖ ਰਹੇ ਹੋ ਖੇਡ ਦੇ ਵਿਰਾਜ ਤੇ ਵੱਧ ਹੈ ਦੂਜੇ ਪਾਸੇ ਮੁਕਾਬਲਾ ਤਕੜਾ ਟੀਮਾਂ ਸਿਰੇ ਦੀ ਹੈ ਲਓ ਸਾਹਮਣੇ ਸੋਹਣੀ ਬਾਲ ਤੇ ਸੋਹਣਾ ਸ਼ਾਟ ਇੱਕ ਸਕੋਰ ਬੜੇ ਨਿਕਲ ਦੇ ਜੋੜ ਦਿੱਤਾ ਖੇਡ ਦੇ ਵਿਰਾਜ ਵਿੱਚ ਮੁਕਾਬਲਾ ਸ਼ੇਅਰ ਕਰ ਦੋ ਬਾਈ ਮੈਚ ਬਹੁਤ ਤਕੜਾ ਬਾਈ ਮੈਚ ਪੂਰਾ ਫਸ ਗਿਆ ਰਵੀ ਕਹਿੰਦੇ ਬਾਲਾਂ ਤੇ ਬਾਲਾਂ ਭਾਰ ਹੈ ਕਿ ਪੈਂਦੀਆਂ ਬਾਲਾਂ ਨੇ ਚੜ ਚੜ ਕੇ ਹਾਂ ਦੇਖਦਾ ਜਵਾਨਾ ਅੱਜ ਖੜ ਖੜ ਕੇ ਹਾਂ ਕਿਹੜਾ ਲਾਉ ਦਾਤੇ ਰੌਲ ਕੇ ਬਈ ਗੋਲੂ ਆਇਆ ਭਰਥੜੇ ਵਾਲਾ ਹੋ ਤਾਂ ਸ਼ੱਕ ਰਹਿਣੀ ਹੈ ਹੋ ਮੇਲਾ ਸਾਫੂ ਵਾਲੇ ਪਿੰਡ ਦਾ ਹੋ ਧੱਕਦਾ ਪੈਣੀ ਹੈ ਹੋ ਮੇਲਾ ਸਾਫੂ ਵਾਲੇ ਪਿੰਡ ਦਾ ਹੋ ਧੱਕਦਾ ਪੈਣੀ ਹੈ ਸਕੋਰ ਕਹਿੰਦੇ ਦੋ ਡਗਲੋ ਵਾਲੇ ਹਲੇ ਨੇ ਮੈਚ ਕਹਿੰਦੇ ਸਰੇਰਾ ਹੋ ਰਿਹਾ ਹੈ ਇੱਕ ਪਾਸੇ ਮਿਸ਼ਰੀ ਵਾਲੇ ਮੁੰਡੇ ਵੀ ਕਿਸੇ ਹਾਂਜੀ ਬਾਈ ਜੀ ਸੁੱਖੀ ਆਊਟ ਹੋ ਗਿਆ ਸੀਗਾ ਪਹਿਲੀ ਬਾਲ ਤੇ ਟੀਮ ਹੈ ਤੇ ਦੂਸਰੀ ਸਾਈਡ ਜਿਹੜੇ ਮੋਗੇ ਦਾ ਮਸ਼ਹੂਰ ਪਿੰਡ ਨੇ ਗੱਭਰੂ ਦੀ ਟੀਮ ਕਹਿੰਦੇ ਚੋਟੀ ਦੇ ਵੱਲ ਕੇ ਪੁੱਜੀ ਹੋਈ ਹੈ ਆਓ ਬਾਲ ਕਹਿੰਦੇ ਰਵੀ ਸਾਹਮਣੇ ਆਓ ਜੋਲੇ ਨੇ ਕਹਿੰਦੇ ਸ਼ਾਟ ਲਾਇਆ ਜੋਲੇ ਨੇ ਸ਼ਾਟ ਲਾਇਆ ਇੱਕ ਅੰਕ ਆਇਆ ਇੱਕ ਸਕੋਰ ਆਇਆ ਲੈ ਮਣੀ ਬਈ ਕਰੇ ਗੱਲ ਪੈਂਦੀ ਨਹੀਂ ਆਓ ਸਾਹਮਣੇ ਮੁਕਾਬਲਾ ਤਕੜਾ ਮੈਨੂੰ ਲੱਗਦਾ ਟੀਮ ਦੀ ਗੱਭਰੂ ਦੀ ਹੁਣ ਪਾਲਿਆ ਪੂਰੇ ਸੈਂਕਰ ਦੇ ਵਿੱਚ ਹੈ ਕਹਿੰਦੇ ਲਾਗੇ ਦਾ ਪੁੱਛਿਆ ਤੂੰ ਹਾਰ ਵੇ ਬੰਦਾ ਕਰ ਗਿਆ ਤੱਤਰੀ ਦਾ ਹਾਰ ਵੇ ਲੈ ਸਾਹਮਣੇ ਬਾਲ ਪਾਉਂਦ ਨਹੀਂ ਮੁੰਡਾ ਵੱਧਾ ਔਰ ਸਾਹਮਣੇ ਕਹਿੰਦੇ ਭਾਈ ਅਗਲਾ ਮੈਚ ਵੀ ਬਹੁਤ ਤਕੜਾ ਦਾਤੇ ਰੌਲੀ ਚ ਗੁਰੂ ਆਇਆ ਭਰ ਥੜੇ ਵਾਲਾ ਬਹੁਤ ਤਕੜਾ ਮੈਚ ਆ ਵੀ ਅਗਲਾ ਵੀ ਪੰਜ ਓਵਰ ਜੀ ਚਾਰ ਹੋਏ ਨੇ ਪੰਜ ਓਵਰ ਦਾ ਮੈਚ ਆ ਦੇਖ ਰਿਹਾ ਨਾ ਸਾਹਮਣੇ ਚਾਰ ਓਵਰ ਦੇ ਪੁੱਛੀ ਸੱਜੇ ਦੀ ਸਕੋਰ ਕਿੰਨੇ ਹੈ 47 ਅਗੇ 4 ਓਵਰ ਇੱਕ ਓਵਰ ਬਾਕੀ ਹੈ ਮੇਰੇ ਮਿੱਤਰੋ ਹੁਣ ਦੇਖਾਂਗੇ ਕੀ ਕਹਿੰਦੇ ਕਰਨਗੇ ਡਬਰੋ ਵਾਲੇ ਮੁੰਡੇ 6 ਵਾਲਾ ਬਾਕੀ ਇਸ ਮੈਚ ਦੀਆਂ ਪਹਿਲੀ ਨਾ ਕਪੂਰਥਲੇ ਵਾਲਾ ਸੇਫ ਹੈ ਰਹਿ ਹੱਥ ਘੁੱਟ ਕੇ ਫੜ ਲਵੇ ਹਾਲੇ ਸਾਡੀ ਉਮਰ ਨਿਆਣੀ ਮੈਂ ਸੁਣਿਆ ਮੇਰੇ ਚੋਂ ਹੋ ਵਿਛੜ ਗਏ ਕਈ ਰੂਹਾਂ ਦੇ ਹਾਰੇ ਬਹੁਤ ਤਗੜਾ ਮੈਚ ਆ ਬਾਈ ਸ਼ੇਅਰ ਕਰ ਦੋ ਇੱਥੇ ਵਿਛੜ ਗਿਆ ਵੇ ਹੁੰਦੇ ਰੱਬ ਸਵੱਤੀ ਮੇਲੇ ਇੱਥੇ ਵਿਛੜ ਗਿਆ ਵੇ ਹੁੰਦੇ ਰੱਬ ਸਵੱਤੀ ਮੇਲੇ ਇੱਕ ਪਾਸੇ ਕਹਿੰਦੇ ਪਾਲਾ ਦੂਜੇ ਲਾਸਟ ਓਵਰ ਆ ਭਾਜੀ 44 ਸਕੋਰ ਆ ਜਿਹੜੀ ਵਾਇਰ ਦੇ ਫੈਸਲੇ ਹੋ ਗਏ ਆ ਕਿ ਸਾਰੀ ਜ਼ਿੰਦਗੀ ਨਾਲ ਦਾ ਮਿੱਟਦੀ ਬਹੁਤ ਤਕੜਾ ਮੈਚ ਆ ਬਾਈ ਸ਼ੇਅਰ ਕਰ ਦੋ ਮਰਜੇ ਯਾਰ ਜਿਹੜਾ ਇੱਜ਼ਤ ਰੱਖੇ ਯਾਰੀ ਦੀ ਗਲਤੀ ਆਪਣੀ ਹੋਵੇ ਕਿਸੇ ਦੂਜੇ ਸਿਰ ਵਧੀਏ ਨਾ ਖਿੱਟਣੀ ਹੋਵੇ ਕ੍ਰਿਕਟ ਕਿਸੇ ਇਨਸਾਨ ਨਾਲ ਲੜੀਏ ਨਾ ਨਾਲ ਸਾਹਮਣੇ ਡਗਰੂ ਪਿੰਡ ਵਾਲਾ ਇੱਕ ਸਕੋਰ ਆਪਣੇ ਹਿੱਸੇ ਹੀ ਉੜ ਗਿਆ ਡਗਰੂ ਪਿੰਡ ਵਾਲਾ ਇੱਕ ਸਕੋਰ ਆਪਣੇ ਹਿੱਸੇ ਹੀ ਉੜ ਗਿਆ ਅੱਜ ਗੋਲੂ ਉੜੀ ਮਰਪੀ ਤੋੜੀ ਧੋਨੀ ਵਰਗੇ ਸ਼ਿਕੰਦਰ ਵਰਗੇ ਗੀਤੇ ਵਰਗੇ ਨਾਲ ਲੱਖੇ ਉੜੀ ਹੈ ਨਾਲ ਚੋਟ ਹੈ ਕਰ ਗਿਆ ਸਾਹਮਣੇ ਇੱਕ ਹੋਰ ਮੋੜ ਦਿੱਤਾ ਅਵੀ ਸੰਦੇ ਵਾਲੀ ਕਰ ਗੱਲ
कर दो भाजी शेयर कर दो मैच बहुत तगड़ा अगला मैच भाजी माणा ते दाता रोली आ बहुत तगड़ा मैच है भाई अगला भी दाते रोली च डॉक्टर बट्टी दाते रोली च भाई गोलू आया भर थड़े वाला टारगेट तरवंजा रन का टारगेट आ बाकी अज धौले पिंड वाले कहते सुखी भी आया भदौर का पुत बन के खेडे गया दीपक ने आशाले वाला दुनिया के पंडे वाल आए है दीपक ने कहते सरबती का मेला लुटिया है गलत चलिया पूरी दुनिया के शेयर कर दो मैच बहुत तगड़ा होने लगी है मैच कहते सिरे का होगा खिलाड़ी भी कहते चोटी के पुज हुए ने कास को जिन्हों का नाम कहते पूरी दुनिया चलता है मोटरसाइकिल गड्डिया के जेतू अज पुजे हुए ने ਸਾਹਮਣੇ ਵੇਖ ਰਹੇ ਜੋ ਜਗਰੂ ਦੀ ਧਰਤੀ ਦਾ ਮਾਲ ਭਾਵੇਂ ਤਿਆਰ ਹੈ
कर दो भाजी शेयर कर दो मैच बहुत तगड़ा भाजी जोधा डगरू वाला शेयर कर दो मैच बहुत तगड़ा कर दो भाजी कर दो शेयर कर दो मैच बहुत तगड़ा कर दो भाजी कर दो शेयर कर दो मैच बहुत तगड़ा ਸਕੋਰ ਕਿੰਨੇ ਹੋਣਗੇ ਆਪਾਂ ਦੱਸਾਂਗੇ ਜ਼ਰੂਰ ਕਿ ਕਿੰਨੇ ਸਕੋਰ ਹੋਣਗੇ ਆ ਸ਼ਾਟ ਦੇ
एक स्कोर आ जी आ जरा शॉट गिल्ली ने लाया तो मरदो मरती हो गया लगे जोर ਤਰਾਜ ਲੱਗਾ ਹੋਇਆ ਪਲੇਅਰ ਤੇ ਹਜੇ ਫਿਰ ਭਾਜੀ ਅਗਲੇ ਮੈਚ ਦੇ ਵਿੱਚ ਡਿਸੀਜਨ ਦੱਸ ਦਿੰਦੇ ਤਰਾਜ ਲੱਗਿਆ ਹੋਇਆ ਤੇ ਜਿਹੜੇ ਪ੍ਰੂਫ ਹੋਣਗੇ